ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਖਬਰਾਂ ਦੇ ਇਸ ਬੁਲਟਿਨ 'ਚ। ਮੈਂ ਤੁਹਾਡਾ ਰੁਮਨ ਬਾਜਵਾ। ਬੁਲਟਿਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹੁਣ ਤੱਕ ਦੀਆਂ ਖਾਸ ਖਬਰਾਂ 'ਤੇ। ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਯਾਦਵ ਕੇਸ ਦੇ ਮਾਮਲੇ ਵਿੱਚ ਵੱਡੀ ਖਬਰ। ਮੀਡੀਆ ਰਿਪੋਰਟਾਂ ਮੁਤਾਬਕ ਕੁਲਭੂਸ਼ਣ ਯਾਦਵ ਦਾ ਕੇਸ ਹੁਣ ਸਿਵਲ ਕੋਰਟ ਵਿੱਚ ਚੱਲੇਗਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਸ਼ਰਤ ਮੁਤਾਬਕ ਪਾਕਿਸਤਾਨ ਕਰੇਗਾ ਫੌਜੀ ਕਾਨੂੰਨ 'ਚ ਤਬਦੀਲੀ। INX ਮੀਡੀਆ ਦਾ ਮਾਮਲਾ। ਦਿੱਲੀ ਦੀ ਰਾਊਜ ਐਵਿਊ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਦੀ ਨਿਆਇਕ ਹਿਰਾਸਤ ਵਿੱਚ 27 ਨਵੰਬਰ ਤੱਕ ਕੀਤਾ ਵਾਅਦਾ। ਇੰਗਲੈਂਡ ਦੇ ਸ਼ਹਿਜ਼ਾਦੇ ਪ੍ਰਿੰਸ ਆਫ ਵੇਲਸ ਪ੍ਰਿੰਸ ਚਾਰਲਸ ਗੁਰਦੁਆਰਾ ਬੰਗਲਾ ਸਾਹਿਬ ਹੋਏ ਨਤਮਸਤਕ। ਦਿੱਲੀ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ। ਲੰਗਰ 'ਚ ਵੀ ਕੀਤੀ ਸੇਵਾ। ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਯਾਦਵ ਕੇਸ ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਮੀਡੀਆ ਰਿਪੋਰਟ ਮੁਤਾਬਕ ਕੁਲਭੂਸ਼ਣ ਯਾਦਵ ਦਾ ਕੇਸ ਹੁਣ ਸਿਵਲ ਕੋਰਟ ਵਿੱਚ ਚੱਲ ਸਕੇਗਾ। ਰਿਪੋਰਟਾਂ ਮੁਤਾਬਕ ਪਾਕਿਸਤਾਨ ਅਜਿਹਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਸ਼ਰਤ ਮੁਤਾਬਕ ਕਰ ਰਿਹਾ ਹੈ, ਇਸ ਲਈ ਪਾਕਿਸਤਾਨ ਆਪਣੇ ਆਰਮੀ ਐਕਟ ਵਿੱਚ ਬਦਲਾ ਕਰੇਗਾ। ਫਿਲਹਾਲ ਕੁਲਭੂਸ਼ਣ ਯਾਦਵ 'ਤੇ ਪਾਕ ਵਿੱਚ ਸੈਨਿਕ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪਾਕਿਸਤਾਨ ਸੈਨਾ ਦੇ ਕਾਨੂੰਨ ਮੁਤਾਬਕ ਅਜਿਹੇ ਲੋਕ ਸਿਵਲ ਅਦਾਲਤ ਵਿੱਚ ਅਪੀਲ ਨਹੀਂ ਕਰ ਸਕਦੇ, ਪਰ IJC ਦੇ ਕਹਿਣ ਤੋਂ ਬਾਅਦ ਪਾਕ ਆਪਣੇ ਆਰਮੀ ਐਕਟ ਵਿੱਚ ਬਦਲਾਅ ਕਰ ਰਿਹਾ ਹੈ। ਇਸ ਤੋਂ ਇਲਾਵਾ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਕਾਉਂਸਲ ਐਕਸੈਸ ਤਾਂ ਦਿੱਤਾ, ਪਰ ਦੂਜਾ ਕਾਉਂਸਲਰ ਐਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਇਸ ਦੇ ਇਤਰਾਜ਼ ਜ਼ਾਹਿਰ ਕਰਦੇ ਹੋਏ ਮਾਮਲੇ ਨੂੰ ਇੱਕ ਵਾਰ ਫਿਰ ਇੰਟਰਨੈਸ਼ਨਲ ਕੋਰਟ ਵਿੱਚ ਲੈ ਕੇ ਜਾਣ ਦੀ ਗੱਲ ਕੀਤੀ ਸੀ। INX ਮੀਡੀਆ ਕੇਸ ਵਿੱਚ ਦਿੱਲੀ ਦੀ ਰਾਊਜ ਐਵਿਊ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਦੀ ਨਿਆਇਕ ਹਿਰਾਸਤ ਵਿੱਚ 27 ਨਵੰਬਰ ਤੱਕ ਵਾਅਦਾ ਕਰਦਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਜਲਦ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਪੀ ਚਿਦੰਬਰਮ ਦੇ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋ ਰਹੀ ਸੀ, ਜਿਸ ਵਿੱਚ ਉਸਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਦੀ ਨਿਆਇਕ ਹਿਰਾਸਤ ਵਿੱਚ ਵਾਅਦਾ ਕੀਤਾ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ INX ਮੀਡੀਆ ਮਾਮਲੇ ਵਿੱਚ ਕਾਂਗਰਸੀ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਦਿੱਲੀ ਦੀ ਰਾਊਜ ਐਵਨਿਊ ਕੋਰਟ ਨੇ 13 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਹੋਰ ਦਿਨ ਦੀ ਰਿਮਾਂਡ ਦੀ ਮੰਗ ਨੂੰ ਵੀ ਖਾਰਜ ਕਰ ਦਿੱਤਾ ਸੀ। ਇਹ ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਪੀ ਚਿਦੰਬਰਮ ਨੂੰ 30 ਅਕਤੂਬਰ ਤੱਕ ED ਹਿਰਾਸਤ ਵਿੱਚ ਭੇਜਤਾ ਸੀ। ਦੂਜੇ ਪਾਸੇ ਸੁਪਰੀਮ ਕੋਰਟ ਨੇ CBI ਦੀ ਜਗ੍ਹਾ ਦਾਖਲ ਹੋਏ INX ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪਹਿਲਾਂ ਹੀ ਜ਼ਮਾਨਤ ਦੇ ਚੁੱਕਿਆ। ਭਾਰਤ ਦੇ ਚੀਫ ਜਸਟਿਸ ਦਾ ਦਫ਼ਤਰ ਹੁਣ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਘੇਰੇ ਵਿੱਚ ਆ ਜਾਏਗਾ। ਇਸ ਦਫ਼ਤਰ ਨੂੰ RTI ਅਧੀਨ ਲਿਆਉਣ ਬਾਰੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਪਰੀਮ ਕੋਰਟ ਨੇ 3-2 ਨਾਲ ਫੈਸਲਾ ਸੁਣਾਇਆ। ਰੰਜਨ ਗੋਗੋਈ ਦੀ ਅਗਵਾਈ ਹੇਠਲੇ 5 ਜੱਜਾਂ ਦੇ ਸੰਵਿਧਾਨਿਕ ਬੈਚ ਨੇ ਬਾਅਦ ਦੁਪਹਿਰ 2 ਵਜੇ ਆਪਣਾ ਫੈਸਲਾ ਸੁਣਾਇਆ। ਬੈਚ ਦੇ ਹੋਰ ਮੈਂਬਰ ਜਸਟਿਸ NB ਰਮਨ, ਜਸਟਿਸ DY ਚੰਦਰਚੂੜ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਸਨ। ਫੈਸਲਾ ਸੁਣਾਏ ਜਾਣ ਦਾ ਨੋਟਿਸ ਬੀਤੇ ਮੰਗਲਵਾਰ ਬਾਅਦ ਦੁਪਹਿਰ ਸੁਪਰੀਮ ਕੋਰਟ ਦੀ ਅਧਿਕਾਰਤ ਵੈਬਸਾਈਟ ਉੱਤੇ ਜਗ ਜ਼ਾਹਿਰ ਕੀਤਾ ਗਿਆ ਸੀ। 5 ਜੱਜਾਂ ਦੇ ਸੰਵਿਧਾਨਿਕ ਬੈਂਚ ਨੇ ਸੁਪਰੀਮ ਕੋਰਟ ਦੇ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮਾਂ ਵਿਰੁੱਧ ਸਾਲ 2010 ਦੌਰਾਨ ਸੁਪਰੀਮ ਕੋਰਟ ਦੇ ਜਨਰਲ ਸਕੱਤਰ ਅਤੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਵੱਲੋਂ ਦਾਇਰ ਅਪੀਲਾਂ ਉੱਤੇ ਇਸੇ ਵਰ੍ਹੇ 4 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇੰਗਲੈਂਡ ਦੇ ਸ਼ਹਿਜ਼ਾਦੇ ਪ੍ਰਿੰਸ ਆਫ ਵੇਲਸ ਪ੍ਰਿੰਸ ਚਾਰਲਸ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਤਮਸਤਕ ਹੋਏ ਅਤੇ ਉਨ੍ਹਾਂ ਲੰਗਰ ਹਾਲ ਵਿੱਚ ਜਾ ਕੇ ਲੰਗਰ ਦੀ ਵੀ ਸੇਵਾ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਡੋਕ ਅਤੇ ਹੋਰਨਾਂ ਨੇ ਪ੍ਰਿੰਸ ਚਾਰਲਸ ਨੂੰ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਅਤੇ ਸਿਰੀ ਸਾਹਿਬ ਭੇਟ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਪ੍ਰਿੰਸ ਚਾਰਲਸ ਪ੍ਰਿੰਸ ਆਫ ਵੇਲਸ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਉਨ੍ਹਾਂ ਦੇ ਨਾਲ ਭਾਈ ਮਹਿੰਦਰ ਸਿੰਘ UK ਵਾਲੇ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਉਨ੍ਹਾਂ ਦੱਸਿਆ ਕਿ ਪ੍ਰਿੰਸ ਚਾਰਲਸ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਇਸ ਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਬਹੁਤ ਦਿਲਚਸਪੀ ਦਿਖਾਈ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਸੰਗਤ ਵਿੱਚ ਇੱਥੇ ਆਮਦ ਤੇ ਉਸ ਲਈ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਪ੍ਰਕਿਰਿਆ ਜਾਣਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਲੰਗਰ ਹਾਲ ਵਿੱਚ ਜਾ ਕੇ ਖੁਦ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਕੀਤੀ। ਜਦੋਂ ਪ੍ਰਿੰਸ ਚਾਰਲਸ ਨੂੰ ਸ੍ਰੀ ਸਾਹਿਬ ਪੇਂਟ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਸਰਦਾਰ ਸਿਰਸਾ ਨੇ ਦੱਸਿਆ ਕਿ ਸ੍ਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕੀਤੀ ਬਖਸ਼ਿਸ਼ ਹੈ ਅਤੇ ਮੀਰੀ ਅਤੇ ਪੀਰੀ ਦੇ ਸਿਧਾਂਤ ਦੀ ਪ੍ਰਤੀਕ ਹੈ। ਇਸ 'ਤੇ ਪ੍ਰਿੰਸ ਚਾਰਲਸ ਨੇ ਆਸ ਪ੍ਰਗਟ ਕੀਤੀ ਕਿ ਇੰਗਲੈਂਡ ਵਿੱਚ ਵੀ ਇਹ ਸ੍ਰੀ ਸਾਹਿਬ ਇਸ ਸਿਧਾਂਤ ਦੀ ਪਹਿਰੇਦਾਰੀ ਕਰੇਗੀ।
ਸਰਦਾਰ ਸਿਰਸਾ ਨੇ ਇਸ ਮੌਕੇ ਇੰਗਲੈਂਡ ਦੀ ਸੰਗਤ ਨੂੰ ਵਧਾਈ ਵੀ ਦਿੱਤੀ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਸੰਸਦ ਮੈਂਬਰ ਨੀਨਾ ਗਿੱਲ ਵੀ ਸ਼ਿਰਕਤ ਰਹੀ। ਪ੍ਰਿੰਸ ਚਾਰਲ ਜੋ ਪ੍ਰਿੰਸ ਆਫ ਵੇਲਸ ਨੇ, ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਅੰਦਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ UK ਵਾਲੇ, ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਹੈ ਪੰਥ ਨੂੰ, ਭੈਣ ਸਾਡੀ ਨੀਨਾ ਗਿੱਲ ਜੀ, ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਦਿੱਤਾ ਗਿਆ, ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ, ਸਰਦਾਰ ਕੁਲਵੰਤ ਸਿੰਘ ਜੀ ਬਾਠ ਵੱਲੋਂ। ਔਰ ਪ੍ਰਿੰਸ ਨੇ ਜਿਹੜੇ ਹਿਸ ਹਾਈਨੈਸ ਨੇ ਇੱਥੇ ਆ ਕੇ, ਜਿੱਥੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਾਰੇ 'ਚ ਉਹਨਾਂ ਦੀ ਬੜੀ ਇੱਛਾ ਸੀ ਜਾਣਨ ਦੀ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਥਾਨ ਬਾਰੇ, ਕਿਸ ਤਰ੍ਹਾਂ ਕੱਲ੍ਹ ਇੰਨੇ ਲੋਕਾਂ ਨੇ ਲੰਗਰ ਛਕਿਆ, ਕਿੱਥੇ ਉਹ ਬਣਦਾ ਜਿਹੜਾ ਇੰਨੇ ਲੋਕ ਲੰਗਰ ਛਕਦੇ ਨੇ। ਔਰ ਉਹ ਬੜੇ ਇਸ ਗੱਲ ਨੂੰ ਉਹਨਾਂ ਨੂੰ ਬੜੀ ਉਹਨਾਂ ਨੂੰ ਖੁਸ਼ੀ ਮਹਿਸੂਸ ਕੀਤੀ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਜਾ ਕੇ ਦੇਖਿਆ, ਸਾਡੇ ਕਿਚਨ 'ਚ ਜਾ ਕੇ ਦੇਖਿਆ, ਕਮਿਊਨਿਟੀ ਕਿਚਨ ਲੰਗਰ ਹਾਲ ਦੀ ਕਿਚਨ 'ਚ ਜਾ ਕੇ ਦੇਖਿਆ। ਔਰ ਉਹਨਾਂ ਨੇ ਖੁਦ ਉੱਥੇ ਚਪਾਤੀਆਂ ਵੀ ਬਣਾਈਆਂ, ਔਰ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਫਲਸਫਾ ਸੀਗਾ ਉਹ ਪੂਰੀ ਦੁਨੀਆ ਦੇ ਅੰਦਰ ਫੈਲ ਰਿਹਾ। ਅੱਜ ਉਹਨਾਂ ਨੇ ਆਪ ਹੀ ਇਹ ਗੱਲ ਕਹੀ ਕਿ ਜਿੱਥੇ ਇੰਗਲੈਂਡ ਦੇ ਅੰਦਰ ਸਿੱਖਾਂ ਨੇ ਬਹੁਤ ਦੁਨੀਆ ਦੇ ਅੰਦਰ ਸਿੱਖ ਕੌਮ ਦੀ ਸ਼ਾਨ ਵਧਾਈ ਹੈ, ਉੱਥੇ ਕੈਨੇਡਾ ਅੰਦਰ ਵੀ ਜਾ ਕੇ, ਔਰ ਸਿੱਖ ਜਿੱਥੇ ਵੀ ਜਾ ਰਹੇ ਨੇ, ਪ੍ਰਿੰਸ ਵੇਲਸ ਦਾ ਮੰਨਣਾ ਸੀ ਕਿ ਤੁਹਾਡੀ ਕਮਿਊਨਿਟੀ ਜਿੱਥੇ ਵੀ ਜਾ ਰਹੀ ਆ ਉਸ ਕੰਟਰੀ ਨੂੰ ਜਾ ਕੇ ਉੱਥੋਂ ਲੋਕਾਂ ਨੂੰ ਪ੍ਰਾਊਡ ਫੀਲ ਹੁੰਦਾ ਉਸ ਦੇ ਉੱਤੇ, ਉਹਨਾਂ ਨੂੰ ਹੋਰ ਮਾਣ ਮਹਿਸੂਸ ਕਰਾਉਂਦੀ ਆ, ਕਦੀ ਲੈਟ ਡਾਊਨ ਨਹੀਂ ਕਰਦੀ, ਐਂਡ ਯੂ ਆਰ ਅ ਵਾਰੀਅਰ, ਯੂ ਆਰ ਅ ਗ੍ਰੇਟ ਵਾਰੀਅਰਸ। ਪ੍ਰਿੰਸ ਆਫ ਵੇਲਸ ਜਿਹੜੇ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉਪਲਕਸ਼ ਦੇ ਵਿੱਚ ਇੱਥੇ ਗੁਰੂ ਨੂੰ ਅਕੀਦਾ ਭੇਟ ਕਰਨ ਆਏ, ਔਰ ਉੱਥੇ ਗੁਰੂ ਇਤਿਹਾਸ ਦੇ ਬਾਰੇ ਉਹਨਾਂ ਨੇ ਸਮਝਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਕੀ ਹਿਸਟਰੀ ਹੈ, ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਕੀ ਇਤਿਹਾਸ ਹੈ। ਔਰ ਜਿੱਥੇ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਹੈ, ਉੱਥੇ ਗੁਰੂ ਘਰ ਦੇ ਵਿੱਚ ਪਿਆਊ ਦੀ ਗੱਲ ਕੀਤੀ, ਪਿਆਊ ਦੇ ਉੱਤੇ ਉਹਨੇ ਅੰਮ੍ਰਿਤ ਜਿੱਥੇ ਛਕਾਇਆ ਜਾਂਦਾ ਉਹਦੇ ਬਾਰੇ ਉਹਨਾਂ ਨੂੰ ਅਸੀਂ ਦੱਸਿਆ ਗਿਆ। ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਜਾ ਕੇ ਉਹਨੇ ਲੰਗਰ ਦੀ ਮਰਿਆਦਾ, ਕਿਉਂਕਿ ਇਹ ਜਿਹੜਾ ਪ੍ਰਚਾਰ ਹੈ, ਇਹ ਸਿੱਖੀ ਦਾ ਪ੍ਰਚਾਰ, ਜਿੱਥੇ ਗੁਰੂ ਘਰਾਂ ਦਾ ਪ੍ਰਚਾਰ ਔਰ ਲੰਗਰ ਦਾ ਪ੍ਰਚਾਰ ਪੂਰੇ ਵਰਲਡਵਾਈਡ ਹੋ ਰੱਖਿਆ, ਲੋਕਾਂ ਦੇ ਵਿੱਚ ਖਿੱਚ ਹੈ, ਔਰ ਅੱਜ ਉਹ ਜਿੱਥੇ ਉਹ ਇੱਥੇ ਆ ਕੇ ਉਹਨਾਂ ਨੇ ਅਕੀਦਾ ਭੇਂਟ ਕੀਤਾ, ਗੁਰੂ ਇਤਿਹਾਸ ਦੇ ਨਾਲ ਜਾਣ ਕੀਤਾ, ਉਹਨਾਂ ਦੇ ਨਾਲ ਉੱਥੋਂ ਦੀ ਮੈਂਬਰ ਪਾਰਲੀਮੈਂਟ ਨੀਨਾ ਗਿੱਲ ਜੀ ਵੀ ਸਾਡੇ ਨਾਲ ਆਏ ਨੇ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਦੀ ਪੰਥ ਦੇ ਵਿੱਚ ਬਹੁਤ ਵੱਡੀ ਸੇਵਾ ਹੈ, ਇਹਨਾਂ ਦੇ ਕਰਕੇ ਹੀ, ਕਿਉਂਕਿ ਸਿੱਖਾਂ ਦਾ ਮਾਣ ਪੂਰੇ ਦੁਨੀਆ ਦੇ ਵਿੱਚ ਵੱਧ ਰਿਹਾ, ਔਰ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਅੱਜ ਗੁਰਦੁਆਰਾ ਬੰਗਲਾ ਸਾਹਿਬ ਜਿਹੜੇ ਹੈ ਅਕੀਦਾ ਭੇਂਟ ਕਰਨ ਆਏ ਨੇ, ਗੁਰੂ ਨੂੰ ਨਤਮਸਤਕ ਹੋਣ ਆਏ ਨੇ, ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਪੂਰੇ। ਅੱਜ ਜਿੱਥੇ ਅਸੀਂ ਦੇਸ਼ਾਂ ਤੋਂ ਕਹਿ ਸਕਦੇ ਸੀ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕੱਲ੍ਹ ਸੁਲਤਾਨਪੁਰ ਲੋਧੀ ਮੱਥਾ ਟੇਕਿਆ, ਗ੍ਰਹਿ ਮੰਤਰੀ ਨੇ, ਪ੍ਰਧਾਨ ਮੰਤਰੀ ਨੇ ਕੋਰੀਡੋਰ ਦੀ ਜਿਹੜੀ ਓਪਨਿੰਗ ਕੀਤੀ ਹੈ, ਜਿੱਥੇ ਸਾਰਾ ਦੇਸ਼ ਅੱਜ ਕਰ ਰਿਹਾ ਸੀ, ਦੇਸ਼ ਦੇ ਨਾਲ ਅੱਜ ਵਿਦੇਸ਼ਾਂ ਦੇ ਵੀ ਪ੍ਰਧਾਨ ਮੰਤਰੀ ਔਰ ਹਿਜ਼ ਹਾਈਨੈਸ ਇੱਥੇ ਪਹੁੰਚੇ ਨੇ। ਮੈਂ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਨਾ, ਉਹਨਾਂ ਨੇ ਸਾਰਿਆਂ ਵਾਸਤੇ ਬਖਸ਼ਾਂ ਰਹਿਮਤਾਂ ਕੀਤੀਆਂ, ਜਿਸ ਤਰ੍ਹਾਂ ਮੀਂਹ ਵਰਸਦਾ ਹੁੰਦਾ ਨਾ, ਇਸ ਤਰ੍ਹਾਂ ਦੀਆਂ ਵਰਖਾ ਹੋਈ ਹੈ, ਅਸੀਂ ਇਹ ਮਹਿਸੂਸ ਕਰਦੇ ਹਾਂ, ਕਿਉਂਕਿ ਹੁਣ ਯੁੱਗ ਹੈਗਾ ਡਿਜੀਟਲ ਟੈਕਨੋਲੋਜੀ ਦਾ, ਅਤੇ ਪਾਤਸ਼ਾਹ ਤਾਂ ਤੁਹਾਨੂੰ ਪਤਾ 24 ਸਾਲ ਕੋਈ 28,000 ਕਿਲੋਮੀਟਰ ਤੁਰ ਤੁਰ ਕੇ ਗਏ ਸੀ, ਅਤੇ ਹੁਣ ਇਹ ਸਾਰੇ ਪਾਸੇ ਕੋਰਨਰ ਕੋਰਨਰ ਦੁਨੀਆ ਦਾ ਜਿਹੜਾ ਹੈ ਉੱਥੇ ਇਹ ਤੁਹਾਡੀ ਜਿਹੜੀ ਹੈ ਨਿਊਜ਼ ਪਹੁੰਚਣੀ ਹੈ, ਅਤੇ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਸਾਡੇ ਪਾਤਸ਼ਾਹ ਨੇ ਕੀ ਕੁਛ ਕਿਹਾ, ਉਹਨਾਂ ਨੇ ਸਾਰੇ ਹੋਰਾਈਜ਼ਨ ਜਿਹੜੇ ਸੀ ਨਾ ਉਹ ਵਾਸਟ ਕਰ ਦਿੱਤੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਲਟਾ ਖੇਲ ਪਿਰਮਕਾ ਪੈਰਾਂ ਉੱਤੇ ਸੀਸ ਨਿਵਾਇਆ, ਜੋ ਪੁਰਾਣੀਆਂ ਗੱਲਾਂ ਸੀ ਉਹਨਾਂ ਨੇ ਕਿਹਾ ਨਹੀਂ ਇਸ ਤਰੀਕੇ ਨਾਲ, ਇਸ ਢੰਗ ਨਾਲ ਦੇਖੋ, ਤੁਹਾਡੇ ਅੰਦਰ ਦਇਆ ਹੋਵੇ, ਤੁਹਾਡੇ ਅੰਦਰ ਸੱਚ ਹੋਵੇ, ਤੁਹਾਡੇ ਅੰਦਰ ਸੰਤੋਖ ਹੋਵੇ, ਤੁਹਾਡੇ ਅੰਦਰ ਨਿਮਰਤਾ ਹੋਵੇ, ਔਰ ਤੁਹਾਡੇ ਅੰਦਰ ਪ੍ਰੇਮ ਹੋਵੇ। ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਮੈਨੂੰ ਬਹੁਤ ਮਾਣ ਹੈਗਾ ਕਿ ਹਿਜ਼ ਰੋਇਲ ਹਾਈਨੈਸ ਪ੍ਰਿੰਸ ਆਫ ਵੇਲਸ ਇੱਥੇ ਦਿੱਲੀ ਆਏ, ਅਤੇ ਉੱਥੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਸਿੱਖਾਂ ਦਾ ਸਭ ਤੋਂ ਇੰਪੋਰਟੈਂਟ ਡੇ ਹੈਗਾ ਗੁਰੂ ਨਾਨਕ ਦੇਵ ਜੀ ਦਾ 550 ਇੱਥੇ ਆ ਕੇ ਮਨਾਇਆ ਹੈਗਾ ਦਿੱਲੀ ਦੇ ਵਿੱਚ ਅਤੇ ਬੰਗਲਾ ਸਾਹਿਬ, ਅਤੇ ਅਸੀਂ ਜਿਹੜੇ ਸਾਰੇ ਜਿਹੜੇ UK ਦੇ ਹਾਂ ਅਸੀਂ ਇਹਦੇ ਨਾਲ ਬਹੁਤ ਅਸੀਂ ਮਾਣ ਰੱਖਦੇ ਹਾਂ ਵੀ ਉਹਨਾਂ ਨੇ ਇੰਨਾ
ਇੱਥੇ ਆ ਕੇ ਕੀਤਾ ਹੈਗਾ ਵੀ ਬੰਗਲਾ ਸਾਹਿਬ ਉਹਨਾਂ ਨੇ ਦਰਸ਼ਨ ਕੀਤੇ ਹੈਗੇ ਆ ਅਤੇ ਸੋ ਮੈਂ ਕਹਾਂਗੀ ਵੀ ਆਹ ਅਸੀਂ ਇੱਥੇ ਇੱਕ ਜੱਥੇ 'ਤੇ ਆਏ ਹੋਏ ਹਾਂ, ਨੀਅਰਲੀ 50 ਬੰਦੇ ਆਏ ਸੀਗੇ UK ਤੋਂ ਅਤੇ ਹੋਰ ਵੀ ਬਹੁਤ ਸਾਰੇ ਆਏ ਸੀ ਹੋਰ ਕੰਟਰੀਜ਼ ਤੋਂ ਅਤੇ ਇੱਥੇ ਅਸੀਂ ਸਾਡੇ 6 ਦਿਨ ਹੋ ਗਏ ਜਿਹੜੇ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇ। ਦਸਤਾਰਧਾਰੀ ਬਿਜ਼ਨਸਮੈਨ ਰੋਬੇਨ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਉਪਰੰਤ ਉਹਨਾਂ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਆਪਣੇ ਜੀਵਨ ਦਾ ਉਪਲ ਸਾਂਝਾ ਕੀਤਾ, ਜਿਸ ਕਾਰਨ ਉਹਨਾਂ ਨੇ 50 ਕਰੋੜ ਰੁਪਏ ਖਰਚ ਕਰਕੇ 6 ਰੋਇਲਸ ਕਾਰਾਂ ਖਰੀਦੀਆਂ ਨੇ। 2017 ਵਿੱਚ ਕਿਸੇ ਅੰਗਰੇਜ਼ ਨੇ ਰੋਬੇਨ ਸਿੰਘ ਦੀ ਦਸਤਾਰ ਨੂੰ ਲੈ ਕੇ ਉਹਨਾਂ 'ਤੇ ਤਾਂਝ ਕੱਸਿਆ ਸੀ। ਦਸਤਾਰ ਦੀ ਤਾਕਤ ਅਤੇ ਸ਼ਾਨ ਦਿਖਾਉਣ ਲਈ ਉਹਨਾਂ ਨੇ ਉਦੋਂ ਤੋਂ ਆਪਣੀ ਹਰ ਦਸਤਾਰ 'ਤੇ ਰੰਗ ਦੇ ਰੋਇਲ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਕਲੈਕਸ਼ਨ ਵਿੱਚ ਫੈਂਟਸ, ਕਲੀਨਨ ਅਤੇ ਹੋਰ ਕਾਰਾਂ ਸ਼ਾਮਿਲ ਨੇ। ਅੰਗਰੇਜ਼ ਰੋਇਲਸ ਰੋਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਨੇ ਅਤੇ ਰੋਬੇਨ ਸਿੰਘ ਨੇ ਇਹਨਾਂ ਕਾਰਾਂ ਨੂੰ ਖਰੀਦ ਕੇ ਦੱਸ ਦਿੱਤਾ ਕਿ ਦਸਤਾਰਧਾਰੀ ਵੀ ਕਿਸੇ ਤੋਂ ਘੱਟ ਨਹੀਂ। ਥੋੜ੍ਹੀ ਜਿਹੀ ਇੰਸੀਡੈਂਟ ਹੋਇਆ ਸੀ ਅਤੇ ਉੱਥੇ ਕੋਈ ਕਿਸੇ ਗੋਰੇ ਨੂੰ ਅਣਜਾਣੇ 'ਚ ਉਹਨੇ ਕੋਈ ਗੱਲਾਂ ਕਹਿਤੀਆਂ, ਉਹਨੂੰ ਸਮਝ ਨਹੀਂ ਆਈ ਕਿ ਦਸਤਾਰ ਦੇ ਰੰਗ ਆ, ਉਹ ਸਮਝਿਆ ਕਿ ਦਸਤਾਰ ਦੇ ਜੋ ਰੰਗ ਨੇ ਉਹਨਾਂ ਦੀ ਕੋਈ ਮੀਨਿੰਗ ਹੈ ਅਤੇ ਉਹ ਜੋ ਗੋਰਾ ਵੀ ਸੀ ਉਹ ਵੀ ਗਲਤ ਨਹੀਂ ਸੀ। ਉਹ ਕਹਿੰਦਾ ਮੈਂ ਕਦੀ ਦੇਖਿਆ ਜੋ ਬਜ਼ੁਰਗ ਨੇ ਉਹ ਚਿੱਟੀ ਪਾਉਂਦੇ ਨੇ ਦਸਤਾਰ, ਅਤੇ ਜਦੋਂ ਘਰਾਂ ਕੋਈ ਪ੍ਰੋਸੈਸ਼ਨ ਹੁੰਦਾ ਅਤੇ ਉਦੋਂ ਨੀਲੀਆਂ ਜਾਂ ਕੇਸਰੀ ਰੰਗ ਦੀ ਹੁੰਦੀਆਂ, ਅਤੇ ਰੂਬਨ ਤੂੰ ਕਦੀ ਲਾਲ ਬੰਨਦਾ, ਵਿਆਹ 'ਚ ਲਾਲ ਬੰਨਦੇ ਨੇ, ਅਤੇ ਇਹਦੇ 'ਚ ਕੋਈ ਅਹੁਦੇ ਦੀ ਕੋਈ ਸਿਗਨੀਫਿਕੈਂਸ ਹੈ ਕਿ ਜਿੰਨਾ ਤੁਸੀਂ ਸਪਿਰਿਚੁਅਲ ਹੋ ਜਾਂ ਜਿੰਨੀ ਤੁਸੀਂ ਤੁਹਾਡੀ ਜਿੰਨੀ ਕਮਾਈ ਹੈ? ਅਤੇ ਮੈਂ ਉਹਨੂੰ ਕਹਿੰਦਾ ਇਹਦੇ 'ਚ ਕੁਛ ਨਹੀਂ ਹੈ, ਲੇਕਿਨ ਦਸਤਾਰ ਦੀ ਜੋ ਅਹਿਮੀਅਤ ਹੈ ਸਭ ਤੋਂ ਉੱਚੀ ਹੈ। ਅਤੇ ਅਸੀਂ ਦਸਤਾਰ, ਮੈਂ ਆਪਣੇ ਖਾਸ ਲਾਈਫ ਵਿੱਚ ਦਸਤਾਰ ਨੂੰ ਪਹਿਲਾਂ ਰੱਖਦੇ ਹਾਂ, ਸਵੇਰੇ ਉਹ ਦਸਤਾਰ ਦੇਖਦੇ ਹਾਂ, ਉਹ ਹੋ ਸਕੇ ਉਹਦੇ ਰੰਗ ਨਾਲ ਫਿਰ ਸਭ ਕੁਛ। ਹਰ ਆਦਮੀ, ਹਰ ਸਰਦਾਰ ਮੁੰਡਾ ਵੀ ਦਸਤਾਰ ਨਾਲ ਆਪਣੇ ਕੱਪੜੇ ਕਰਦਾ, ਲੇਕਿਨ ਕੱਪੜੇ ਦੀ ਇੰਨੀ ਪਛਾਣ ਨਹੀਂ ਹੁੰਦੀ, ਗੱਡੀਆਂ ਦੀ ਪਛਾਣ ਹੁੰਦੀ ਹੈ। ਅਤੇ ਉਹ ਥੋੜ੍ਹਾ ਕਰਦੇ 3-4 ਸਾਲਾਂ 'ਚ ਥੋੜ੍ਹਾ ਜਿਹਾ ਹੁਣ ਜ਼ਿਆਦਾ ਗੁਰੂ ਸਾਹਿਬ ਦੇ ਉਹਨਾਂ ਨੇ ਦਾਤ ਬਖਸ਼ੀ ਹੈ ਕਿ ਦੁਨੀਆ 'ਚ ਥੋੜ੍ਹਾ ਜਿਹਾ ਦਸਤਾਰ ਦੀ ਪਛਾਣ ਹੋ ਰਹੀ ਹੈ। ਅਤੇ ਇਹ ਬਸ 3-4 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਲੇਕਿਨ ਪਹਿਲਾਂ ਵੀ ਗੁਰਗੜੀਆਂ ਦਾ ਤਾਂ ਸ਼ੌਕ ਬਹੁਤ ਸੀ, ਲੇਕਿਨ ਇਹ ਆਈਡੀਆ ਨਹੀਂ ਸੀ। ਅਤੇ ਮੈਨੂੰ ਉਹ ਜੋ ਗੋਰੇ ਦੋਸਤ ਨੇ ਮੇਰੇ, ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਕਿ ਉਹਨਾਂ ਦੇ ਕਹਿ ਲਓ ਇਗਨੋਰੈਂਸ ਕਰਕੇ, ਉਹਨਾਂ ਦੇ ਅਣਜਾਣ ਹੋਣ ਨਾਲ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ। ਅੱਗੇ ਵਧਦੇ ਹਾਂ। JNU ਕਾਰਜਕਾਰੀ ਕਮੇਟੀ ਨੇ ਹੋਸਟਲ ਫੀਸ ਅਤੇ ਹੋਰ ਵਜ਼ੀਫਿਆਂ ਵਿੱਚ ਪ੍ਰਮੁੱਖ ਰੋਲ ਬੈਂਕ ਦਾ ਐਲਾਨ ਕੀਤਾ ਹੈ। ਨਾਲ ਹੀ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਇੱਕ ਯੋਜਨਾ ਵੀ ਨਿਰਧਾਰਿਤ ਕੀਤੀ ਹੈ। ਮਨੁੱਖੀ ਵਿਕਾਸ ਮੰਤਰਾਲੇ ਦੇ ਸਿੱਖਿਆ ਸਕੱਤਰ RR ਸੁਬ੍ਰਮਣਿਅਮ ਨੇ ਦੱਸਿਆ ਕਿ JNU ਕਾਰਜਕਾਰੀ ਕਮੇਟੀ ਨੇ ਹੋਸਟਲ ਫੀਸ ਅਤੇ ਹੋਰ ਵਜ਼ੀਫਿਆਂ ਵਿੱਚ ਪ੍ਰਮੁੱਖ ਰੋਲ ਬੈਂਕ ਦਾ ਐਲਾਨ ਕੀਤਾ ਹੈ। ਨਾਲ ਹੀ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਇੱਕ ਯੋਜਨਾ ਵੀ ਨਿਰਧਾਰਿਤ ਕੀਤੀ ਗਈ ਹੈ। ਦਰਅਸਲ JNU ਵਿੱਚ ਹੋਸਟਲ ਦਾ ਕਿਰਾਇਆ 20 ਰੁਪਏ ਤੋਂ 30 ਗੁਣਾ ਵਧਾ ਕੇ 600 ਰੁਪਏ ਅਤੇ ਮੈਸ ਸਕਿਉਰਿਟੀ ਫੀਸ 5500 ਰੁਪਏ ਤੋਂ ਲਗਭਗ 2 ਗੁਣਾ ਵਧਾ ਕੇ 12000 ਰੁਪਏ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਤੋਂ ਹਰ ਮਹੀਨੇ 1700 ਬਿਨਾਂ ਹੋਰ ਸੇਵਾ ਫੀਸ ਦੇ ਰੂਪ ਵਿੱਚ ਦੇਣ ਨੂੰ ਕਿਹਾ ਗਿਆ ਸੀ, ਜੋ ਵਿਦਿਆਰਥੀ ਪਹਿਲਾਂ ਨਹੀਂ ਸਨ ਦਿੰਦੇ। ਇਹ ਸਾਫ਼ ਸਫਾਈ ਅਤੇ ਮੁਰੰਮਤ ਦੇ ਨਾਮ ਹੇਠ ਮੰਗਿਆ ਗਿਆ ਸੀ। ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਵਸੂਲੀ ਜਾਂਦੀ ਸੀ। ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕਿਹਾ ਕਿ ਹੋਸਟਲ ਵਿੱਚ ਕਰਫਿਊ ਦਾ ਮਾਹੌਲ ਬਣਾ ਦਿੱਤਾ ਗਿਆ। ਨਿਯਮ ਇੰਨੇ ਜ਼ਿਆਦਾ ਸਖ਼ਤ ਨੇ ਕਿ ਵਿਦਿਆਰਥੀ ਪੜ੍ਹਾਈ ਕਰਨ ਦੀ ਥਾਂ ਜੁਰਮਾਨਾ ਭਰੀ ਜਾ ਰਹੇ ਨੇ। ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਘੱਟ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਤੌਰ 'ਤੇ ਸਮਰੱਥ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੱਟੋ ਘੱਟ ਪੀਲੇ ਕਾਰਡ ਧਾਰਕਾਂ ਦੀ ਪ੍ਰਤੀ ਯਾਤਰੀ $20 ਦੀ ਫੀਸ ਆਪਣੇ ਖਜ਼ਾਨੇ 'ਚੋਂ ਭਰਨ ਲਈ ਆਖਿਆ, ਕਿਉਂਕਿ ਇਹ ਲੋਕ ਆਪਣੇ ਪੱਲਿਓਂ ਖਰਚਾ ਨਹੀਂ ਚੁੱਕ ਸਕਦੇ। ਸ਼ਰਧਾਲੂਆਂ ਵਿੱਚ ਪਾਈ ਜਾ ਰਹੀ ਦੁਵਿਧਾ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਸਪੋਰਟ ਦੀ ਬਜਾਏ ਸ਼ਨਾਖਤ ਲਈ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਸਤਾਵੇਜ਼ਾਂ ਨੂੰ ਸਬੂਤ ਵਜੋਂ ਪ੍ਰਵਾਨ ਕੀਤਾ ਜਾਏ। ਉਹਨਾਂ ਕਿਹਾ ਕਿ ਬਦਲਵੇਂ ਦਸਤਾਵੇਜ਼ਾਂ ਦੀ ਵਿਧੀ ਨੂੰ ਅਪਣਾਇਆ ਜਾ ਸਕਦਾ ਹੈ, ਕਿਉਂਕਿ ਕਿਸੇ ਵੀ ਤਰ੍ਹਾਂ ਪਾਸਪੋਰਟ ਅਤੇ ਵੀਜ਼ੇ ਦੀ ਮੋਹਰ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਂਘਾ ਪਾਰ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਘੱਟ ਗਿਣਤੀ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਵਿੱਚ ਦਿਲਚਸਪੀ ਨਹੀਂ ਹੈ, ਸਗੋਂ ਪਾਸਪੋਰਟ ਅਤੇ $20 ਦੀ ਫੀਸ ਦੀਆਂ ਦੋ ਸ਼ਰਤਾਂ ਇਸ ਦਾ ਕਾਰਨ ਬਣੀਆਂ ਹੋਈਆਂ ਨੇ।
ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ਼ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨੇ ਦਾ ਵੀਜ਼ਾ ਮੰਗਲਵਾਰ ਨੂੰ ਖਤਮ ਹੋ ਗਿਆ। ਹਾਲਾਂਕਿ ਉਹਨਾਂ ਨੇ 2 ਮਹੀਨੇ ਪਹਿਲਾਂ ਹੀ ਵੀਜ਼ੇ ਲਈ ਆਨਲਾਈਨ ਅਪਲਾਈ ਕਰਤਾ ਸੀ, ਪਰ ਅਜੇ ਤੱਕ ਸਰਕਾਰ ਵੱਲੋਂ ਇਸ ਦਾ ਜਵਾਬ ਨਹੀਂ ਆਇਆ। ਬਲਦੇਵ ਕੁਮਾਰ ਕਿਸੇ ਵੀ ਹਾਲਤ ਵਿੱਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਭਾਰਤ ਵਿੱਚ ਸ਼ਰਨ ਜ਼ਰੂਰ ਦਿੱਤੀ ਜਾਏਗੀ। ਬਲਦੇਵ ਕੁਮਾਰ ਨੇ ਅਜੇ 2 ਦਿਨ ਪਹਿਲਾਂ ਹੀ ਇਸ ਦਾ ਰਿਮਾਈਂਡਰ ਵੀ ਸਰਕਾਰ ਨੂੰ ਭੇਜਿਆ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਉਹਨਾਂ ਦੀ ਜਾਨ ਨੂੰ ਅੱਤਵਾਦੀਆਂ ਅਤੇ ISI ਤੋਂ ਖਤਰਾ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਸਰਹੱਦ ਟੱਪਦਿਆਂ ਹੀ ਉਹਨਾਂ ਨੂੰ ਸ਼ੂਟ ਕਰਤਾ ਜਾਏਗਾ ਅਤੇ ਉਹਨਾਂ 'ਤੇ ਪਾਕਿਸਤਾਨ ਵਿੱਚ 50 ਲੱਖ ਦਾ ਇਨਾਮ ਵੀ ਰੱਖਿਆ ਗਿਆ। ਬਲਦੇਵ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿੱਚ ਉਹਨਾਂ ਨੂੰ ਸਿਆਸੀ ਸ਼ਰਨ ਦੇਣ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ ਨੂੰ ਲਾਗੂ ਕਰਨ ਵਿੱਚ 2.59 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ 5 ਕਰਮਚਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ 1 ਕਰਮਚਾਰੀ 'ਤੇ ਪੁਲਿਸ ਕੇਸ ਦਰਜ ਕਰਾਉਣ ਦੇ ਹੁਕਮ ਦਿੱਤੇ ਨੇ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਵਿੱਚ ਬਲਾਕ ਫਰੀਦਕੋਟ ਦੇ ਸਹਾਇਕ ਪ੍ਰੋਜੈਕਟ ਅਫਸਰ ਯਾਦਵਿੰਦਰ ਸਿੰਘ, ਬਲਾਕ ਗਿੱਦੜਬਾਹਾ ਦੇ ਸਹਾਇਕ ਪ੍ਰੋਜੈਕਟ ਅਫਸਰ ਹਰਪ੍ਰੀਤ ਸਿੰਘ, ਬਲਾਕ ਗੁਰਹਰ ਸਹਾਇ ਦੇ ਸਹਾਇਕ ਪ੍ਰੋਜੈਕਟ ਅਫਸਰ ਦਲੀਪ ਕੁਮਾਰ, ਬਲਾਕ ਫਿਰੋਜ਼ਪੁਰ ਦੇ ਸਹਾਇਕ ਪ੍ਰੋਜੈਕਟ ਅਫਸਰ ਰਜਨੀ ਸ਼ਰਮਾ ਅਤੇ ਮੀਨਾ ਸ਼ਰਮਾ, ਬਲਾਕ ਕਾਲਖੁਰ ਦੇ ਸਹਾਇਕ ਪ੍ਰੋਜੈਕਟ ਅਫਸਰ ਚਰਨਜੀਤ ਸਿੰਘ ਵੱਲੋਂ ਇਸ ਸਕੀਮ ਤਹਿਤ ਵਰਤੇ ਜਾਂਦੇ ਮਟੀਰੀਅਲ ਲਈ 2.59 ਕਰੋੜ ਰੁਪਏ ਦੀ ਜਾਅਲੀ ਅਦਾਇਗੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਵਿੱਚੋਂ ਪਹਿਲਾਂ ਹੀ ਅਸਤੀਫਾ ਦੇ ਗਏ ਬਲਾਕ ਫਰੀਦਕੋਟ ਦੇ ਸਹਾਇਕ ਪ੍ਰੋਜੈਕਟ ਅਫਸਰ ਯਾਦਵਿੰਦਰ ਸਿੰਘ ਵਿਰੁੱਧ ਪੁਲਿਸ ਕੇਸ ਦਰਜ ਕਰਾਉਣ ਦੇ ਬਾਕੀਆਂ ਨੂੰ ਬਰਖਾਸਤ ਕਰਨ ਦੇ ਹੁਕਮ ਕੀਤੇ ਗਏ ਨੇ। ਬਾਜਵਾ ਨੇ ਹੁਕਮ ਜਾਰੀ ਕਰਦਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਮਨਰੇਗਾ ਸਮੇਤ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ ਕਿਸੇ ਵੀ ਸਕੀਮ ਵਿੱਚ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਉਕਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਦੀ ਸਫਲਤਾ ਸਹਿਤ ਸੰਪੂਰਨਤਾ ਤੋਂ ਬਾਅਦ ਖਾਲਸਾ ਸ਼ਤਾਬਦੀ ਕਮੇਟੀ ਦੇ ਵੱਖ ਵੱਖ ਮੈਂਬਰਾਂ ਨੇ ਸਹਿਯੋਗ ਦੇਣ ਲਈ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਗੱਦੀ ਦਾ ਸਨਮਾਨ ਕੀਤਾ। ਇਸ ਮੌਕੇ ਤੇ ਖਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਵਿੰਦਰਪਾਲ ਸਿੰਘ ਬਿੰਦੀ, ਕੁਲਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਕੋਚਰ, ਨਰਿੰਦਰ ਸਿੰਘ, ਦਲਜੀਤ ਸਿੰਘ ਸ਼ੀਨਾ, ਗੁਰਵਿੰਦਰ ਸਿੰਘ ਚੰਡੋਕ ਤੋਂ ਇਲਾਵਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ, ਚੈਨਲ ਹੈੱਡ ਸਾਹਿਬ ਸਿੰਘ, ਸਟਾਫ ਰਿਪੋਰਟਰ ਅਮਰਜੀਤ ਸਿੰਘ ਵੀ ਮੌਜੂਦ ਰਹੇ। ਸਿਖਰ ਲਿਆਮ ਦੇ ਮਾਮਲੇ ਦੀ ਪੈਰਵਾਈ ਕਰਨ ਵਾਲੇ ਐਡਵੋਕੇਟ ਜਗਜੀਤ ਸਿੰਘ ਛਾਬੜਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਦਰਅਸਲ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸਮਾਗਮ ਕਰਵਾਏ ਗਏ ਸਨ। ਇਸ ਦੌਰਾਨ ਉਹਨਾਂ ਨੂੰ ਸਿੱਖਾਂ ਲਈ ਕੀਤੀਆਂ ਸੇਵਾਵਾਂ ਬਦਲੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਨਮਾਨਿਤ ਕੀਤਾ ਗਿਆ। ਹੁਣ ਮੈਂ ਬੇਨਤੀ ਕਰਾਂਗਾ ਜੀ, ਸਰਦਾਰ ਜਗਜੀਤ ਸਿੰਘ ਛਾਬੜਾ ਜੀ, ਐਡਵੋਕੇਟ ਸਾਹਿਬ, ਜੋ ਕਿ ਸਾਡੇ 1984 ਦੇ SIT ਦੇ ਬਹੁਤ ਹੀ ਜੇ ਕੇਸ ਹੈ ਉਹ ਸਾਰੇ ਲੜ ਰਹੇ ਹਨ, ਔਰ ਇਹਨਾਂ ਦੀ ਸ਼ਰਧਾ ਭਾਵਨਾ ਜਿਸ ਤਰੀਕੇ ਦੇ ਨਾਲ ਇਹ ਸਿੱਖ ਕੌਮ ਨੂੰ ਪਿਆਰ ਕਰਦੇ ਹਨ, ਛਾਬੜਾ ਸਾਹਿਬ, ਧੰਨਵਾਦੀ ਹਾਂ ਅਸੀਂ ਇਹਨਾਂ ਦੇ। ਬੋਲੇ ਸੋ ਨਿਹਾਲ। ਫਿਲਹਾਲ ਖਬਰਾਂ ਦੇ ਇਸ ਬੁਲਟਨ 'ਚ ਇਹਨਾਂ ਹੀ, ਅਗਲੇ ਬੁਲਟਨ 'ਚ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਾਸ ਖਬਰਾਂ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।